ਜੀ, ਅਸੀਂ ਇਸ ਵਾਰੀ ਦੇਖਿਆ ਕਿ WD ਸਿਸਟਮ ਜਿਹੜਾ ਮਾਰਚ ਔਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਾਫੀ ਫ੍ਰੀਕੁਐਂਟਲੀ ਇਹਦੀ ਡਿਵੈਲਪਮੈਂਟ ਹੋਈ ਹੈ, ਔਰ ਹੁਣ ਵੀ ਜਿਹੜਾ WD ਸਿਸਟਮ ਦਾ ਇਫੈਕਟ ਆਉਣ ਵਾਲੇ ਦਿਨਾਂ ਵਿੱਚ ਐਕਸਪੈਕਟਡ ਹੈ। ਸੋ ਇਹਦੇ ਕਰਕੇ 26 ਔਰ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ। ਤੇਜ਼ ਹਵਾਵਾਂ ਲਗਭਗ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ, ਔਰ ਇਹਦੇ ਤੋਂ ਬਿਨਾਂ ਲਾਈਟਨਿੰਗ, ਥੰਡਰ ਸ਼ੋਵਰਸ ਔਰ ਕਿਤੇ ਕਿਤੇ ਜਿਹੜੀ ਗੜੇਮਾਰ ਵੀ ਹੋ ਸਕਦੀ। ਕੀ ਲੱਗਦਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਹੈ ਜਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਹਨ? ਜੀ, ਜੇ ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ WD ਸਿਸਟਮ ਕਾਫੀ ਡਿਵੈਲਪ ਹੋਏ ਨੇ, ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਇਸ ਵਾਰੀ ਜਿਹੜਾ ਨੀਅਰ ਨੋਰਮਲ ਰਿਹਾ, ਬਹੁਤ ਰਾਈਜ਼ ਟੈਂਪਰੇਚਰ ਦੇ ਵਿੱਚ ਓਬਜ਼ਰਵ ਅਸੀਂ ਨਹੀਂ ਕੀਤਾ। ਜਿਵੇਂ ਕੱਲ੍ਹ ਦਾ ਜੋ ਮੈਕਸੀਮਮ ਟੈਂਪਰੇਚਰ 36 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 1 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਨੀਚੇ ਰਿਹਾ। ਉਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 19.5 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਵੀ ਲਗਭਗ 0.9 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਜ਼ ਨੀਅਰ ਨੋਰਮਲ ਹੀ ਰਹੀਆਂ ਨੇ, ਬਟ ਕਿਉਂਕਿ WD ਸਿਸਟਮ ਦਾ ਇਫੈਕਟ ਹੈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ 26 ਔਰ 27 ਤਰੀਕ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ, ਲਾਈਟਨਿੰਗ ਔਰ ਥੰਡਰ ਸ਼ੋਵਰਸ ਹੋ ਸਕਦੇ ਨੇ, 28 ਨੂੰ ਕਿਤੇ ਕਿਤੇ ਹੋ ਸਕਦੇ ਨੇ। ਸੋ ਇਹਦੇ ਮੱਦੇਨਜ਼ਰ ਅਸੀਂ ਫਾਰਮਰਸ ਨੂੰ ਇਹੀ ਸਲਾਹ ਦੇ ਸਕਦੇ ਹਾਂ, ਕਿਉਂਕਿ ਜਿਹੜੀ ਵੀਟ ਕ੍ਰੋਪ ਦੀ ਹਾਰਵੈਸਟਿੰਗ ਹੁਣ ਚੱਲ ਰਹੀ ਹੈਗੀ ਆ, ਸੋ ਉਹਨਾਂ ਨੂੰ ਜਿਹੜਾ ਹਾਰਵੈਸਟਿੰਗ ਇਹ ਵਾਲੀਆਂ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਪਲੈਨ ਕਰਨਾ ਚਾਹੀਦਾ, ਔਰ ਸੈਕੰਡਲੀ ਉਹਨਾਂ ਨੂੰ ਪ੍ਰੋਡਿਊਸ ਨੂੰ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਵਾਲੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਤੋਂ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋਵੇ। ਕੀ ਲੱਗਦਾ ਮੈਮ, ਜਿਸ ਤਰੀਕੇ ਦੇ ਨਾਲ ਵਾਢੀਆਂ ਦਾ ਸੀਜ਼ਨ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਈ ਕਿਸਾਨਾਂ ਦੀ ਜਿਹੜੀ ਕਣਕ ਹੈ ਉਹ ਵੱਢੀ ਗਈ ਹੈ, ਤਾਂ ਉਸਨੂੰ ਸੰਭਾਲਣ ਦੀ ਜਿਹੜੀ ਜ਼ਰੂਰਤ ਹੈ? ਬਿਲਕੁਲ ਜੀ, ਕਿਉਂਕਿ ਜਿਹੜੀਆਂ 26-27 ਸਪੈਸ਼ਲੀ ਇਹ ਜਿਹੜੇ 2 ਦਿਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ, ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋ ਸਕਦੀ ਹੈ, ਗਰਜ ਚਮਕ ਵੀ ਹੋ ਸਕਦੀ ਹੈ। ਸੋ ਫਾਰਮਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ, ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਕੋਈ ਰਿਕਾਰਡ ਦਰਜ ਕੀਤਾ ਗਿਆ? ਨਹੀਂ ਜੀ, ਰਿਕਾਰਡ ਇਸ ਤਰ੍ਹਾਂ ਦਾ ਕੋਈ ਨਹੀਂ ਦਰਜ ਕੀਤਾ ਗਿਆ, ਬਟ IMD ਵੱਲੋਂ 26 ਔਰ 27 ਤਰੀਕ ਵਾਸਤੇ ਜਿਹੜਾ ਅਲਰਟ ਜ਼ਰੂਰ ਜਾਰੀ ਕੀਤਾ ਗਿਆ। 26 ਤਰੀਕ ਨੂੰ ਜਿਹੜਾ ਯੈਲੋ ਅਲਰਟ ਪੰਜਾਬ ਦੇ ਵਿੱਚ ਆਲਮੋਸਟ ਸਾਰੇ ਹੀ ਡਿਸਟ੍ਰਿਕਟਸ ਵਾਸਤੇ ਹੈ, ਔਰ 27 ਤਰੀਕ ਨੂੰ ਜਿਹੜੇ ਕੁਝ ਨਰਦਰਨ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ ਔਰੇਂਜ ਅਲਰਟ ਵੀ ਹੈ। ਸੋ ਇਹਨਾਂ ਦਿਨਾਂ ਵਿੱਚ ਫਾਰਮਰਸ ਨੂੰ ਜ਼ਰੂਰ ਖਾਸ ਧਿਆਨ ਰੱਖਣਾ ਚਾਹੀਦਾ ਕਿ ਉਹ ਜਿਹੜਾ ਹਾਰਵੈਸਟਿੰਗ ਇਹਨੂੰ ਧਿਆਨ ਵਿੱਚ ਰੱਖ ਕੇ ਕਰਨ ਔਰ ਪ੍ਰੋਡਿਊਸ ਨੂੰ ਨਾਲ ਨਾਲ ਸੰਭਾਲ ਲੈਣ। ਇਸ ਤੋਂ ਬਾਅਦ ਮੈਂ ਮੌਸਮ ਸਾਫ ਹੈ, ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ? ਜੀ, ਫਿਲਹਾਲ 28 ਤਰੀਕ ਤੱਕ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਐਕਸਪੈਕਟਡ ਨੇ, ਔਰ 30 ਤਰੀਕ ਨੂੰ ਫਿਰ ਥੋੜ੍ਹੀ ਜਿਹੀ ਡਿਵੈਲਪਮੈਂਟ ਸਾਨੂੰ ਅਸੀਂ ਪਿੱਛੇ ਦੇਖ ਰਹੇ ਹੈਗੇ ਹਾਂ। ਸੋ ਹਲੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੀਡਿਕਸ਼ਨ ਹੈ। 28 ਨੂੰ ਘੱਟ ਹੋਣਗੀਆਂ, 26-27 ਨੂੰ ਇੰਟੈਂਸਿਟੀ ਜ਼ਿਆਦਾ, 28 ਨੂੰ ਘੱਟ ਹੈ, 29 ਨੂੰ ਕਲੀਅਰ ਹੈ, 30 ਤਰੀਕ ਨੂੰ ਫਿਰ ਥੋੜ੍ਹੀ ਡਿਵੈਲਪਮੈਂਟ ਜਿਹੜੀ ਸਿਸਟਮ ਦੀ ਉਹ ਹੋ ਸਕਦੀ ਹੈ।